ਸਿਮਰਨਜੀਤ ਸਿੰਘ ਅਮਰ ਇਹ ਤਸਵੀਰਾਂ ਉਸ ਘਰ ਤੋਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦਾ ਫੌਜੀ ਪੁੱਤ ਛੋਟੀ ਉਮਰੇ ਹੀ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਗਾ ਗਿਆ ਤਾਂ ਡਿਊਟੀ ਦੇ ਦੌਰਾਨ ਉਸ ਨੂੰ ਸੱਪ ਡੰਗ ਮਾਰਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ ਅਤੇ ਜਿਵੇਂ ਹੀ ਪਰਿਵਾਰ ਨੂੰ ਇਸ ਸੰਬੰਧੀ ਸੂਚਨਾ ਮਿਲੀ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਤਾਂ ਦੱਸ ਦਈਏ ਕਿ ਅੱਜ ਇਸ ਨੌਜਵਾਨ ਦੀ ਮ੍ਰਿਤਕ ਦੇ ਇਸਦੇ ਘਰ ਪਹੁੰਚੀ ਜਿੱਥੇ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸ ਦਈਏ ਕਿ ਸ਼ਹੀਦ ਦਾ ਨਾਮ ਸਿਮਰਨਜੀਤ ਸਿੰਘ ਹੈ ਤੇ ਉਮਰ ਮਹਿਜ਼ 24 ਸਾਲ ਤਾਂ ਡਿਊਟੀ ਦੇ ਦੌਰਾਨ ਇਸ ਨੂੰ ਸੱਪ ਡੰਗ ਮਾਰਦਾ ਹੈ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੇ ਦੌਰਾਨ ਇਸਦੀ ਮੌਤ ਹੋ ਜਾਂਦੀ ਹੈ ਤਾਂ ਸ਼ਹਿਰ ਬਰਨਾਲਾ ਦਾ ਰਹਿਣ ਵਾਲਾ ਸੀ ਇਹ ਨੌਜਵਾਨ ਜਿੱਥੇ ਸੈਨਾ ਦੇ ਪੂਰੇ ਸਨਮਾਨ ਦੇ ਨਾਲ ਇਸ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਇਹ ਤਸਵੀਰਾਂ ਉਸਦੇ ਘਰ ਤੋਂ ਹੀ ਸਾਹਮਣੇ ਆ ਰਹੀਆਂ ਨੇ ਜਿੱਥੇ ਪੂਰਾ ਸ਼ਹਿਰ ਅਤੇ ਆਸ ਪਾਸ ਦੇ ਕਈ ਲੋਕ ਵੀ ਇਸ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚਦੇ ਨੇ ਤਾਂ 24 ਸਾਲ ਦੀ ਮਹਿਜ਼ ਛੋਟੀ ਉਮਰ ਸੀ ਅਤੇ 2018 ਦੇ ਵਿੱਚ ਸੈਨਾ ਦੇ ਵਿੱਚ ਇਹ ਭਰਤੀ ਹੋਇਆ ਸੀ ਤਾਂ ਆਪਣੇ ਕਿਸੇ ਕੋਰਸ ਨੂੰ ਲੈ ਕੇ ਅੰਬਾਲਾ ਸ਼ਹਿਰ ਦੇ ਵਿੱਚ ਸੀ ਤਾਂ ਉਸੇ ਦੌਰਾਨ ਡਿਊਟੀ 'ਤੇ ਇਸਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਮੈਂ ਇਹਨਾਂ ਦੇ ਨਾਲ ਬਹੁਤ ਸਾਲ ਨੌਕਰੀ ਕੀਤੀ ਹੈ ਅਸੀਂ ਇੰਦਰਜੀਤ ਸਿੰਘ ਜੀ ਨਾਲ ਇਹਨਾਂ ਦਾ ਬੇਟਾ ਜੋ ਡਿਊਟੀ ਦੇ ਦੌਰਾਨ ਸ਼ਹੀਦ ਹੋਇਆ ਮੈਂ ਪੰਜਾਬ ਗੌਰਮੈਂਟ ਨੂੰ ਬੇਨਤੀ ਕਰਦਾ ਕਿ ਵੀ ਇਸ ਬੱਚੇ ਦਾ ਕੋਈ ਵੀ ਸਟੈਚੂ ਬਣਾ ਕੇ ਜਾਂ ਸਕੂਲ ਕਾਲਜ ਜਾਂ ਕੋਈ ਚੁਰਸਤੇ ਦੇ ਵਿੱਚ ਉਹਦਾ ਸਟੈਚੂ ਲਗਾ ਕੇ ਤਾਂ ਕਿ ਆਉਣ ਵਾਲੀ ਜਨਰੇਸ਼ਨ ਹੈ ਉਹ ਤੋਂ ਅਵੇਅਰ ਹੋਵੇ ਕਿ ਵੀ ਅਸੀਂ ਫੌਜ ਦੇ ਵਿੱਚ ਸਾਡਾ ਵੀਰ ਮੰਨ ਲਓ ਸ਼ਹੀਦ ਹੋਇਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਵੀ ਮਤਲਬ ਬੱਚੇ ਦੇਖ ਕੇ ਇਹਨੂੰ ਅਵੇਅਰ ਹੋਣ ਅਤੇ ਔਰ ਇਹਨਾਂ ਦਾ ਦੁੱਖ ਵੀ ਹਲਕਾ ਹੋਵੇ। ਮੇਰਾ ਬੱਚਾ ਜੀ 3 ਸਿਖਲਾਈ ਰੈਜੀਮੈਂਟ ਦੇ ਵਿੱਚ ਜੋ ਕਿ ਰਜੌਰੀ ਵਿਖੇ ਤੈਨਾਤ ਸੀਗਾ ਜੀ ਤੋਂ ਅੰਬਾਲਾ ਕਿਸੇ ਆਪਣੇ ਕੋਰਸ ਕਰਨ ਵਾਸਤੇ ਇੱਥੇ ਆਏ ਹੋਏ ਸੀਗੇ ਡਿਊਟੀ ਦੇ ਦੌਰਾਨ ਉਹਨਾਂ ਨੂੰ ਮੌਤ ਹੋਈ ਹੈ ਜੀ। ਮੈਂ ਸਰਕਾਰਾਂ ਨੂੰ ਇਹੀ ਮੰਗ ਕਰਦਾ ਕਿ ਮੇਰਾ ਬੱਚਾ ਵੀ ਡਿਊਟੀ ਦੌਰਾਨ ਸ਼ਹੀਦ ਹੋਇਆ ਉਹਨੂੰ ਜੋ ਸਰਕਾਰ ਵੱਲੋਂ ਬਣਦਾ ਮਾਨ ਸਨਮਾਨ ਮਿਲਣਾ ਚਾਹੀਦਾ। ਸ਼ਹੀਦਾਂ ਦਾ ਮਾਨ ਸਨਮਾਨ ਇੱਕ ਰੱਬ ਦਾ ਸਨਮਾਨ, ਜੇ ਆਪਾਂ ਸ਼ਹੀਦਾਂ ਦਾ ਸਨਮਾਨ ਕਰਾਂਗੇ ਦੇਖੋ ਪਰਮਾਤਮਾ ਦੀ ਪੂਜਾ ਕੀ ਉਹਨਾਂ ਨੇ ਆਪਣੇ ਦੇਸ਼ ਲਈ ਆਪਣੀ ਜਿੰਦ ਜਾਨ ਲਾਈ ਹੈ ਇਹ ਸੱਚੀ ਸੁੱਚੀ ਨੌਕਰੀ ਕਰਕੇ ਕਰ ਰਹੇ ਸੀਗੇ। ਮੈਂ ਸਰਕਾਰਾਂ ਤੋਂ ਇਹੀ ਮੰਗ ਕਰਦਾ ਕਿ ਮੇਰੇ ਬੱਚੇ ਨੂੰ ਸ਼ਹੀਦਾਂ ਦਾ ਸਨਮਾਨ ਦਿੱਤਾ ਜਾਵੇ, ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ। ਇਹ ਜੇ ਸਿਪਾਹੀ ਸੰਦੀਪ ਸਿਮਰਨਜੀਤ ਸਿੰਘ ਆ ਇਹ 18 ਦਸੰਬਰ 2018 ਕੋ ਭਰਤੀ ਹੋਇਆ ਸੀ। ਉਸ ਤੋਂ ਬਾਅਦ ਇਹ 2019 ਦੇ ਵਿੱਚ ਇਹਨੇ ਫਤਿਹਗੜ੍ਹ ਯੂਪੀ ਟ੍ਰੇਨਿੰਗ ਕੀਤੀ ਸਾਡੇ ਕੋਲ, ਮੈਂ ਉੱਧਰ ਹੀ ਇੰਸਟ੍ਰਕਟਰ ਥਾ। ਉਸ ਤੋਂ ਬਾਅਦ ਇਹ ਅਭੀ ਚੰਦ ਸਿੱਖ 3 ਸਿਖਲਾਈ ਦੇ ਵਿੱਚ ਹੈ, 3 ਸਿਖਲਾਈ ਦੇ ਵਿੱਚ ਪੁੰਛ ਨੌਸ਼ਹਿਰਾ ਹੈ, ਇਸ ਪਹਿਲਾਂ 10 ਸਿਖਲਾਈ ਦੇ ਵਿੱਚ ਇਹ ਵੀ ਪ੍ਰੀ ਕੋਰਸ ਕਰ ਰਿਹਾ ਔਰ ਉੱਧਰ ਸੰਡੇ ਕੋ 28 ਜੁਲਾਈ ਕੋ ਰਾਤ ਕੋ ਉਸ ਕੋ ਬੈੱਡ ਕੇ ਉੱਪਰ ਇੱਕ ਸੱਪ ਚੜ੍ਹ ਗਿਆ ਜਿਹਨੇ ਉਸ ਕੋ ਪਾਲਟਾ ਲੈਤੇ ਸਮੇਂ ਉਸ ਕੋ ਡੰਗ ਮਾਰ ਲਿਆ, ਪਤਾ ਚਲਾ ਤਾਂ ਉਸ ਤੋਂ ਬਾਅਦ ਇਸ ਕੋ ਮਿਲਟਰੀ ਹੋਸਪਿਟਲ ਲੈ ਗਏ। ਲੜਕਾ ਬਹੁਤ ਵਧੀਆ ਸਰ, ਟ੍ਰੇਨਿੰਗ ਹਮਾਰੇ ਪਾਸ ਕੀ ਆ, ਬਹੁਤ ਵਧੀਆ ਹੋਣਹਾਰ ਲੜਕਾ ਥਾ, ਬਹੁਤ ਪੜ੍ਹਿਆ ਲਿਖਿਆ, ਸਰਕਾਰ ਕੋ ਜੋ ਇਸ ਕਾ ਬਣਤਾ ਸਨਮਾਨ ਹੈ ਸਰ ਦਿਆ ਗਿਆ।